ਹਾਂਜੀ ਦੋਸਤੋ, ਕੀ ਹਾਲ ਚਾਲ ਨੇ? ਤੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਬਾਈ ਜੀ ਸਾਰੇ ਵੀਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਬਾਈ ਜੀ, ਵੀਡੀਓ ਕਿਵੇਂ ਲੱਗਦੀ ਨੇ ਕਮੈਂਟ ਕਰਕੇ ਜਰੂਰ ਦੱਸ ਦਿਓ, ਤੇ ਆਪਾਂ ਖੜਾਂਗੇ ਸੰਘੇੜੇ ਧਾਲੀਵਾਲ ਟਰੈਕਟਰ ਸੇਲ ਪਰਚੇਜ ਆਉਣ ਦੇ। ਬਾਈ ਆਪਣੇ ਨਾਲ ਹੈਗਾ ਤੇ ਸਾਰੀ ਗੱਲਬਾਤ ਕਰਾਂਗੇ, ਟਰੈਕਟਰਾਂ ਦੀ ਪੂਰੀ ਜਾਣਕਾਰੀ ਲਵਾਂਗੇ। ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਜੀ। ਠੀਕ ਹੈ ਬਾਈ ਮਨਿੰਦਰ? ਬਹੁਤ ਵਧੀਆ। ਠੀਕ ਹੈ ਜੀ। ਤੇ ਕਿੰਨੇ ਕੁ ਟਰੈਕਟਰ ਅਵੇਲੇਬਲ ਨੇ ਇੱਧਰ? ਆਪਣੇ ਕੋਲ ਹੈਗੇ ਜੀ 35 ਕੁ ਟਰੈਕਟਰ ਹੈ ਜੀ। ਠੀਕ ਹੈ ਬਾਈ ਜੀ। ਤੇ ਜਿਵੇਂ ਆਪਾਂ ਕਹਿ ਦਈਏ ਬਾਈ ਜੀ, ਇੱਧਰ ਤਾਂ ਆਪਣੀ ਪ੍ਰੀਤ ਵਾਲੀ ਏਜੰਸੀ ਹੈਗੀ ਤੇ ਨਾਲ ਹੀ ਮੈਂਸੀ ਵਾਲੀ। ਹਾਂਜੀ ਹਾਂਜੀ। ਠੀਕ ਹੈ ਜੀ। ਜਿਹੜਾ ਆਮ ਮੈਂਸੀ ਇਹ ਪੁਰਾਣੇ ਟਰੈਕਟਰ ਜੀ ਸੇਲ ਕਰਨ ਲਈ ਖੜਾ? ਹਾਂਜੀ ਹਾਂਜੀ ਹਾਂਜੀ। ਠੀਕ ਹੈ ਬਾਈ। ਹੈਗਾ ਨਵਾਂ ਹੀ ਆ, ਹੁੰਦੇ ਆਪਾਂ ਜਿੱਥੇ ਮਰਜ਼ੀ ਦੀ 2023 ਮਾਡਲ ਆ। ਠੀਕ ਹੈ ਜੀ। 0 ਮੀਟਰ ਆ। ਲੈ ਬਾਈ ਜੀ, 0 ਮੀਟਰ ਮੇਲ ਹਲੇ ਕੱਟਣੇ ਆ ਇਹਦੇ, ਆਪਾਂ ਕਸਟਮਰ ਦੇ ਨਾਮ ਦੀ ਕੱਟਾਂਗੇ। ਅੱਛਾ, ਪਰ ਮੰਨ ਕੇ ਚੱਲੋ ਜੀ ਆਪਾਂ ਕਹਿ ਦਈਏ ਵੀ ਊਂ ਤਾਂ ਵੈਸੇ ਤਾਂ ਪੁਰਾਣਾ ਗਾ। ਜੀ ਜੀ, 2023 ਮਾਡਲ ਆ ਬਸ ਇਹ। ਦੱਸਾ ਜੀ, 2023 ਮਾਡਲ ਹੈਗਾ। ਜੇ ਆਪਾਂ ਨਵੇਂ ਦੀ ਕੀਮਤ ਪੁੱਛੇ ਬਾਈ ਜੀ, ਨਵੇਂ ਤੇ ਇਹਦੇ ਵਿੱਚ ਕਿੰਨਾ ਕੁ ਫਾਇਦਾ ਹੋ ਜੀ? 7,10,000 ਰੁਪਇਆ ਕੀਮਤ ਆ ਜੀ ਇਹਦੀ, ਠੀਕ ਹੈ ਨਵੇਂ ਦੀ। ਠੀਕ ਹੈ ਜੀ। ਇਹ ਟਰੈਕਟਰ ਜੇ ਤੁਹਾਡੀ ਕੋਈ ਵੀਡੀਓ ਦੇਖ ਕੇ ਆਉਂਦਾ ਹੈਗਾ, ਆਪਾਂ 6,50,000 ਰੁਪਏ ਦਾ ਦੇ ਦੇਵਾਂਗੇ। 7,10,000, 6,50,000 ਰੁਪਇਆ। ਜਿਵੇਂ ਆਪਾਂ ਕਹਿ ਦਾਂਗੇ ਬਾਈ ਜੀ, 60,000 ਰੁਪਏ ਦੀ ਸੂਟ ਆ ਜੀ ਆਪਾਂ, 0 ਮੀਟਰ 0 ਮੀਟਰ ਬਿੱਲ ਕੱਟਣੇ ਵਾਲੇ। ਮੈਂ ਪਹਿਲਾਂ ਵੀਡੀਓ 'ਚ ਕਰਦਾ ਹੁੰਦਾਗਾ ਬਾਈ ਜੀ, 40,000 ਰੁਪਏ ਦੀ ਸੂਟ, 50,000 ਰੁਪਏ ਦੀ ਸੂਟ, ਸਾਰੀ ਗਾਰੰਟੀ ਵਾਰੰਟੀ ਇਹਦੀ ਮਿਲਦੀ। ਤੇ ਅੱਜ ਤੁਹਾਨੂੰ ਨਵੇਂ ਟਰੈਕਟਰ 'ਚੋਂ ਵੀ 60,000 ਰੁਪਏ ਦੀ ਸੂਟ ਮਿਲਣ ਜਾ ਰਹੀ ਹੈ ਬਾਈ ਜੀ, ਤੇ ਆਹ ਮੌਕਾ ਨਾ ਗਮਾਇਓ। ਤੇ ਬਾਈ ਕਹਿੰਦਾ ਜਮਾ ਨਵਾਂ ਟਰੈਕਟਰ ਹੈਗਾ, ਬਿੱਲ ਵੀ ਬਾਈ ਦੇ ਜਿਹੜਾ ਆਊਗਾ ਉਹਦੇ ਨਾਂ ਤੇ ਕਟਵਾ ਦਾਂਗੇ ਜੀ। ਠੀਕ ਹੈ ਬਾਈ ਜੀ। ਬਾਕੀ ਕੰਡੀਸ਼ਨ ਚੈੱਕ ਵੀ ਕਰ ਲਓ, ਜਮਾ ਨਵਾਂ ਪੂਰਾ ਕੋਕਾ ਪੀਸ ਟਰੈਕਟਰ ਹੈਗਾ ਤੇ ਛੋਟੇ ਗੇਅਰ 'ਚ ਆ ਗਿਆ ਬਾਈ ਜੀ। ਲਓ ਬਾਈ ਚੈੱਕ ਕਰੋ, ਤੇ 13 ਦੇ ਟਾਇਰਾਂ 'ਚ ਹੈਗਾ ਤੇ ਚਾਰੇ ਟਾਇਰ ਨਵੇਂ ਨੇਗੇ। ਜਿਵੇਂ ਆਪਾਂ ਕਹਿੰਦੇ 0 ਮੀਟਰ ਹੈਗਾ ਤਾਂ ਅਜੇ ਤੱਕ ਤਾਂ ਖੇਤ 'ਚ ਵੀ ਨਹੀਂ ਵੜਿਆ ਇਹ ਟਰੈਕਟਰ। ਤੇ ਕੀ ਇਹ ਜੀ, ਇਹਦੇ ਵਿੱਚ ਡਿਜ਼ਾਈਨ ਤਾਂ ਕਰਕੇ ਵੀ ਪੁਰਾਣੇ ਮੋਡਲ ਤੇ ਹੀ ਰਹੇ? ਨਹੀਂ ਨਹੀਂ, ਇਹ ਤਾਂ ਬਸ ਆਫਰ ਆਈ ਆਪਾਂ ਦੇ ਦਿੰਦੇ 2023 ਦੇ ਮਾਰਕੇ ਵਾਲਾ ਹੈਗਾ, ਤੇ ਮੰਨ ਕੇ ਚਲੋ 2 ਮਹੀਨਿਆਂ ਨੂੰ, ਆਜੇ ਮਹੀਨੇ ਨੂੰ 2024 ਮਾਡਲ ਸਟਾਰਟ ਹੋਣਾ, ਬਸ 2023 ਚ ਆਪਾਂ 60,000 ਦਾ ਅਗਲੇ ਦਾ ਫਾਇਦਾ ਕਰਦੇ। ਠੀਕ ਹੈ, 60,000 ਰੁਪਏ ਦਾ ਬਈ ਜੀ ਆਹ ਟਰੈਕਟਰ ਜੋ ਸਭ ਤੋਂ ਫਾਇਦਾ ਹੈਗਾ ਜਮਾ ਨਵੇਂ ਟਰੈਕਟਰ ਚੋਂ। ਤੇ ਲਓ ਜੀ ਅੱਗੇ ਦਿਖਾਉਣੇ ਤੁਹਾਨੂੰ ਪ੍ਰੀਤ, ਤੇ ਇਹਨਾਂ ਦੀ ਬਾਈਆਂ ਕੋਲੇ ਏਜੰਸੀ ਹੈਗੀ ਕਿ ਜੇ ਕਿਸੇ ਨਵਾਂ ਟਰੈਕਟਰ ਵੀ ਖਰੀਦਣਾ ਹੈਗਾ ਪ੍ਰੀਤ ਜਾਂ ਮੈਸੀ ਤਾਂ ਕੰਟੈਕਟ ਕਰ ਸਕਦੇ ਹੋਗੇ। ਬਾਕੀ ਬਾਈਆਂ ਕੋਲੇ ਤਾਂ ਜਿੰਨੇ ਟਰੈਕਟਰ ਹੁੰਦੇ ਨੇ ਕਿ ਬਾਈ ਜੀ ਘੱਟ ਚੱਲੇ ਹੁੰਦੇ ਨੇ ਜੀ, ਇਹ 50 ਐਚਪੀ ਦੇ ਵਿੱਚ ਆ ਜੀ। ਠੀਕ ਹੈ ਜੀ। 4x4 ਆ, ਟਾਇਰ ਚਾਰੇ ਰੇਡੀਅਲ ਇਹਨੂੰ ਨਵੇਂ ਲੱਗੇ, ਅੱਗੇ ਬੇਟ ਨੇ। ਠੀਕ ਹੈ ਜੀ। ਛਤਰੀ ਵਗੈਰਾ ਲੱਗੀ ਆ, 50 ਨੰਬਰ ਆ। ਠੀਕ ਹੈ ਜੀ। 4,75,000 ਰੁਪਇਆ ਡਿਮਾਂਡ ਹੈ ਜੀ। 4,75,000 ਰੁਪਇਆ ਡਿਮਾਂਡ ਆ ਗਈ। ਤੇ ਬਾਈ ਜੀ ਬਾਕੀ ਬਾਈਆਂ ਕੋਲੇ ਕਾਗਜ਼ ਪੱਤਰਾਂ ਦੀ 100% ਗਾਰੰਟੀ ਵਾਲੀ, ਫੁੱਲ ਗਾਰੰਟੀ ਹੁੰਦੀ ਹੈ। ਠੀਕ ਹੈ ਜੀ। ਤੇ ਬਾਈ ਕਹਿੰਦਾ ਜੇ ਕਲਰ ਹੋਊਗਾ ਤਾਂ ਦੱਸ ਕੇ ਦੇਵਾਂਗੇ ਜੀ। ਤੇ ਲਓ ਬਾਈ ਜੀ ਅੱਗੇ ਜਮਾਂ ਨਵਾਂ ਟਰੈਕਟਰ ਹੈਗਾ, ਇਹ ਵੀ ਤੁਸੀਂ ਜਿਵੇਂ ਆਪਾਂ ਕਹਿੰਦੇ ਕੱਲਾ ਬਾਹਣ 'ਚ ਗੇੜਾ ਦੇ ਕੇ ਬਾਹਰ ਕੱਢ ਲਿਆਂਦਾ, ਤੇ ਕਿੰਨੇ ਘੰਟੇ ਚੱਲਿਆ? 110 ਘੰਟੇ ਚੱਲਿਆ ਜੀ ਹਲੇ ਸਿਰਫ। ਲੈ ਬਾਈ ਜੀ, 110 ਘੰਟੇ ਚੱਲਿਆ ਹੈਗਾ ਤੇ ਖੁੱਲੇ ਪਲੇਟਫਾਰਮ ਵਾਲਾ ਹੈਗਾ। ਜਸਪ੍ਰੀਤ ਇਹ ਤੇ ਨਿਗਾਹ ਮਰਵਾ ਦੇ ਕਰਾਂ। ਇਹ ਟੌਪ ਮਾਡਲ ਹੈ ਜੀ, ਚੇਂਜਰ ਵਾਲਾ, 60 HP ਵਾਲਾ। ਠੀਕ ਹੈ। ਨਵਾਂ ਹੁਣ ਬੰਦ ਹੋ ਗਿਆ ਨਾ CRD ਦੇ ਚੱਕਰ 'ਚ। ਠੀਕ ਹੈ ਜੀ। ਹੁਣੇ 50 HP ਹੀ ਆਉਂਦੇ, 60 ਵਾਲਾ ਹੈਗਾ ਤੇ ਇਹਦੀ ਡਿਮਾਂਡ ਹੈਗੀ 7,75,000 ਰੁਪਇਆ। ਠੀਕ ਹੈ ਜੀ। PV13 ਸੰਗਰੂਰ ਦਾ ਨੰਬਰ ਆ, ਤੇ 16 ਦੇ ਟਾਇਰਾਂ 'ਚ ਬਾਈ ਜੀ, 16 ਦੇ ਤੇ 16 16 ਦੇ ਟਾਇਰਾਂ 'ਚ। ਤੇ ਲੈ ਬਾਈ ਜੀ ਅੱਗੇ ਆ ਗਿਆ 5310 ਜੌਨ ਡੀਅਰ ਆ, ਇਹ ਵੀ ਬਾਈ ਜੀ ਇਹ PR ਗੇਅਰ ਦੇ ਵਿੱਚ ਹੈ ਤੇ ਅੱਗੇ ਹਿੱਸੇ ਦਾ ਵੀ ਫਰਕ ਹੁੰਦਾ ਹੈਗਾ। ਠੀਕ ਹੈ। ਖੁੱਲਣ ਵਾਲਾ ਹਿੱਸਾ ਹੈਗਾ ਬਾਈ ਜੀ, ਉਹ ਸਟੀਅਰਿੰਗ ਕੋਲੋਂ ਹੀ ਬੈਕ ਹੁੰਦਾ, ਉੱਥੇ ਇਹਦੇ ਗੇਅਰ ਹੈ। ਠੀਕ ਹੈ ਜੀ। ਉੱਥੇ ਹੀ ਬੈਕ, ਉੱਥੇ ਹੀ ਅੱਗੇ ਨੂੰ। ਠੀਕ ਹੈ ਜੀ। ਆ ਦੇਖੋ ਜਿਹੜਾ ਇਹ ਗੇਅਰ ਲੱਗਿਆ ਨਾ, ਤੇ ਪਿੱਛੇ ਇਹਨੂੰ ਵੇਟ ਲੱਗੇ ਹੋਏ ਆ। ਠੀਕ ਹੈ। ਛਤਰੀ ਵਗੈਰਾ ਨਾਲ ਹੀ ਆ, 2016 ਮਾਡਲ ਆ। ਠੀਕ ਹੈ। PV 1,25,000 ਰੁਪਇਆ ਡਿਮਾਂਡ ਆਈ ਇਹਦੀ। ਠੀਕ ਹੈ ਜੀ। PV 8 ਨੰਬਰ ਆ ਬਾਈ ਜੀ। ਤੇ ਲਓ ਬਾਈ ਚੈੱਕ ਕਰ ਲਓ ਕੰਡੀਸ਼ਨ, ਰੰਗ ਪੇਂਟ ਦੀ ਬਾਈ ਜੀ ਗਾਰੰਟੀ ਹੋਊਗੀ ਬਾਈ ਕਹਿੰਦਾ। ਗਾਰੰਟੀ ਉਹ ਕਾਗਜ਼ ਪੱਤਰਾਂ ਤੋਂ ਲਾ ਜੀ, ਸਾਰੀ ਗਾਰੰਟੀ ਹੋਊਗੀ ਆਪਣੀ। ਠੀਕ ਹੈ ਬਾਈ ਜੀ। ਤੇ ਅੱਗੇ ਗਿਆ ਬਾਈ ਜੀ ਮੈਸੀ 9500, ਤੇ ਇਹ ਤਾਂ ਪੁਰਾਣੀ ਹੈਗਾ, ਇਹ 2021 ਮਾਡਲ ਆ ਜੀ। ਠੀਕ ਹੈ ਜੀ। ਸਮਾਰਟ ਜਿਹੜਾ ਮੈਸੀ ਹੁਣ ਆਉਂਦਾ ਹੈਗਾ। ਠੀਕ ਹੈ ਜੀ। 58 HP ਦੇ ਵਿੱਚ ਕਿੰਨੇ 3 ਸਪੀਡ ਚੱਕ ਬਾਈ ਜੀ? 4 ਸਪੀਡ ਚ, 4 ਸਪੀਡ ਚੱਕ। 1500 ਘੰਟਾ ਚੱਲਿਆ ਜੀ। ਜਿਵੇਂ ਕਹਿ ਦਈਏ ਆਪਾਂ ਜਹਾਜ਼, ਜਮਨ ਇੱਕ ਛੋਟਾ ਇੱਕ ਜਹਾਜ਼। ਤੇ ਲਓ ਬਾਈ ਜੀ ਚੈੱਕ ਕਰ ਲਓ ਬਾਕੀ ਕੰਡੀਸ਼ਨ, ਤੇ 21 ਮਾਡਲ ਦੀ 7,35,000 ਰੁਪਇਆ ਜੀ।
ਤੇ ਟਾਇਰ ਟੱਪੇ ਜੀ ਨਾਲ ਦੀ ਹੈ ਜੀ 80% ਹਲੇ ਠੀਕ ਹੈ ਜੀ ਨਾਲ ਦੇ ਟਾਇਰ 80% ਇਹ ਲੋ ਬਈ ਚੈੱਕ ਕਰ ਲਓ ਖੁੱਲੇ ਪਲੇਟਫਾਰਮ ਵਾਲਾ ਤੇ ਸਾਈਡ ਗੇਅਰ ਵਾਲਾ ਝੋਟੇ ਗੇਅਰ ਵਾਲਾ ਜਿਹਨੂੰ ਕਹਿ ਦਈਏ ਆਪਾਂ ਪੰਜਾਬੀ ਦੇ ਤੇ ਲੋ ਬਈ ਅੱਗੇ ਆ ਗਿਆ 5310 ਇੱਕ ਹੋਰ ਤੇ ਦੋ ਟਰੈਕਟਰ ਬਈ ਜੀ 5310 ਇੱਕੋ ਰੇਟ ਵਾਲੇ ਨੇਗੇ 2021 ਮਾਡਲ ਹੈ ਜੀ ਗੇਅਰ ਪ੍ਰੋ ਠੀਕ ਹੈ ਜੀ 1200 ਘੰਟਾ ਚੱਲਿਆ ਇਹ ਸੰਗਰੂਰ ਨੰਬਰ ਅੱਗੇ ਪਲੇਟਾਂ ਲੱਗੀਆਂ ਹੋਈਆਂ ਹੈਗੀਆਂ PV13 ਹਾਂਜੀ ਟਾਇਰ ਵਗੈਰਾ ਸਾਰਾ ਕੁਝ ਨਾਲ ਦੀ ਆ ਤੇ 790000 ਰੁਪਏ ਡਿਮਾਂਡ ਹੈ ਜੀ ਇਹਦੀ ਠੀਕ ਹੈ ਜੀ 790000 ਰੁਪਏ ਡਿਮਾਂਡ ਹੈ ਜੀ ਠੀਕ ਹੈ ਬਾਈ ਜੀ ਤੇ ਫਸਟ ਓਨਰ ਹੀ ਹੈ ਬਾਈ ਜੀ ਫਸਟ ਜੀ ਠੀਕ ਹੈ ਜ਼ਿਆਦਾਤਰ ਟਰੈਕਟਰ ਫਸਟ ਹੀ ਹੈ ਕੋਈ ਟਰੈਕਟਰ ਆਪਣੇ ਕੋਲ ਸੈਕਿੰਡ ਓਨਰ ਹੋਊਗਾ ਜੀ ਠੀਕ ਹੈ ਜੀ ਨੰਬਰ ਵੀ ਪੰਜਾਬੀ ਹੋਣਗੇ ਇਹ 2020 ਮਾਡਲ ਹੈ 5405 1700 ਘੰਟਾ ਚੱਲਿਆ ਠੀਕ ਹੈ ਜੀ ਸਾਰਾ ਕੁਝ ਨਾਲ ਦਾ ਹੀ ਹੈ ਇਹਦਾ ਵੀ ਉਹ 1200 ਤੇ 1700 ਹਾਂਜੀ ਠੀਕ ਹੈ ਜੀ ਤੇ ਟਾਇਰ ਟੱਪੇ ਜੀ ਸਾਰਾ ਕੁਝ ਨਾਲ ਦਾ ਜੀ ਇਹਦਾ ਇਹਦੀ 790000 ਰੁਪਏ ਡਿਮਾਂਡ ਆ ਇਹਦੀ ਵੀ 7 ਲੱਖ ਉਹਦੀ ਵੀ 790000 ਹਾਂਜੀ 7 ਲੱਖ ਡਿਮਾਂਡ ਸੇਮ ਆ ਬਸ ਉਹ 21 ਮਾਡਲ ਸੀ ਇਹ 20 ਆ ਇਹ 20 ਮਾਡਲ ਆ ਉਹ 5310 1405 ਠੀਕ ਹੈ ਜੀ ਇਹ ਥੋੜਾ ਉਧਰ ਉੱਚਾ ਆ ਗਿਆ ਉਹ ਜਿਹੜਾ ਮਾਡਲ ਰੌਂਗ ਹੋ ਗਿਆ ਠੀਕ ਹੈ ਬਾਈ ਜੀ ਤੇ ਅੱਗੇ ਆ ਗਿਆ ਬਾਈ ਜੀ ਅਰਜਨ ਤੇ ਲਓ ਬਾਈ ਜੀ 2014 ਮਾਡਲ ਆ ਠੀਕ ਹੈ ਮੈਟ ਗੇਅਰ ਵਾਲਾ ਸਾਰੇ ਗੇਅਰਾਂ ਚ ਬੈਕ ਹੁੰਦਾ ਸਟੀਅਰਿੰਗ ਕੋਲੇ ਠੀਕ ਹੈ ਟਾਇਰ ਇਹਨੂੰ ਨਵੇਂ ਲੱਗੇ ਹੋਏ ਆ ਠੀਕ ਹੈ ਜੀ ਤੇ 2014 ਮਾਡਲ ਆ 4,65,000 ਰੁਪਏ ਦੀ ਡਿਮਾਂਡ ਆ ਠੀਕ ਹੈ ਪੰਜਾਬ ਨੰਬਰ ਆ ਪਾਵਰ ਸਟੀਅਰਿੰਗ ਚ ਡੀਲੈਕਸ ਮਾਡਲ ਵਾਲਾ ਬਾਈ ਜੀ ਤੇ 16 ਦੇ ਟਾਇਰਾਂ ਚਾਗਾ ਹਾਂਜੀ ਹਾਂ ਦੁਬਾਰੇ ਦੇ ਨਵੇਂ ਆਏ ਉਸ ਤੋਂ ਬਾਅਦ ਆ ਗਿਆ 1998 ਵਾਲਾ 855 ਬਾਹਰ ਪੰਪ ਵਾਲਾ ਲਓ ਬਾਈ ਜੀ ਬਾਹਰ ਪੰਪ ਵਾਲਾ ਜਿਹਦੀ ਡਿਮਾਂਡ ਸਾਰਾ ਓਰੀਜਨਲ ਟਰੈਕਟਰ 98 ਮਾਡਲ ਆ ਟਾਇਰ 80 ਪਏ ਆ ਬਰਨਾਲਾ ਨੰਬਰ ਆ ਲੋਕਲ ਬਰਨਾਲਾ PV19 ਸਾਰਾ ਓਰੀਜਨਲ ਆ ਇਹ ਠੀਕ ਹੈ ਇਹ ਸੈਕੰਡ ਓਨਰ ਹੈ ਜੀ ਇਹ ਸੈਕੰਡ ਓਨਰ ਹੈ ਜੀ ਠੀਕ ਹੈ ਜੀ ਦੁਬਾਰੇ ਇੱਥੇ ਨਾਮ ਆ ਸਾਡੇ ਪਿੰਡੀ ਸੰਘੇੜੇ ਠੀਕ ਹੈ ਜੀ ਤੇ 2,55,000 ਰੁਪਏ ਡਿਮਾਂਡ ਹੈ ਜੀ ਠੀਕ ਆ ਬਾਈ ਜੀ ਤੇ ਬਾਕੀ ਬਾਈ ਜੀ ਤੁਸੀਂ ਦੇਖ ਸਕਦੇ ਹੋ ਨਿਗਾਹ ਮਰਵਾ ਦੇ ਜਸਪ੍ਰੀਤ ਆ ਪਿੱਛੇ ਉਧਰ ਝੋਟੇ ਟਰੈਕਟਰ ਖੜੇ ਨੇ ਇਹ ਝੋਟੇ ਹੋ ਗਏ ਤੇ ਉਹ ਪਿਛਲੇ ਪਾਸੇ ਗੈਂਡੇ ਖੜੇ ਨੇਗੇ ਠੀਕ ਆ ਬਾਈ ਜੀ ਜੇ ਕਿਸੇ ਨੇ ਵੀ ਖਰੀਦਣਾ ਹੋਵੇ ਸੰਪਰਕ ਕਰ ਲਿਓ ਬਾਈ ਦਾ ਨੰਬਰ ਸਕਰੀਨ ਉੱਪਰ ਹੈਗਾਗਾ ਜੀ ਠੀਕ ਆ ਬਾਈ ਜੀ ਧੰਨਵਾਦ ਲਓ ਬਾਈ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਤੇ ਵੀਡੀਓ ਜ਼ਰੂਰ ਦੱਸਦੇ ਕਰੋ ਵੀ ਕਿੱਦਾਂ ਦਿੰਦੇ ਕਮੈਂਟ ਜ਼ਰੂਰ ਕਰਦੇ ਕਰੋ ਬਾਈ ਜੀ ਧੰਨਵਾਦ।